ਸਤਿ ਸ੍ਰੀ ਅਕਾਲ ਦੋਸਤੋ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਤੁਹਾਡੀ ਆਪਣੀ ਪੰਜਾਬੀ ਚੈਨਲ ਹਿੰਦ ਪੰਜਾਬ ਤੇ ਸਵਾਗਤ ਹੈ ਤੇ ਮੈਂ ਬਲਜੀਤ ਪਰਮਾਰ ਹਾਜ਼ਰ ਹਾਂ ਤੁਹਾਡੇ ਲਈ ਅੱਜ ਦੀ ਖਾਸ ਖਬਰ ਲੈ ਕੇ ਥੋੜੇ ਦਿਨ ਪਹਿਲਾਂ ਏ. ਜੀ. ਮਾਲਵਿੰਦਰ ਸਿੰਘ ਸਿੱਧੂ ਨੂੰ ਹਰਜ ਕੀਤਾ ਗਿਆ ਸੀ ਹੁਣ 3 ਮਹੀਨੇ ਤੋਂ ਜ਼ਿਆਦਾ ਹੋ ਗਏ ਨੇ ਉਹਨਾਂ ਨੂੰ ਜੇਲ੍ਹ ਚ ਬੈਠਿਆ ਜ਼ਮਾਨਤ ਹੋਈ ਨਹੀਂ ਹਾਈ ਕੋਰਟ ਉਹ ਰਿਫਿਊਜ਼ ਹੋ ਗਈ ਤੇ ਹੁਣ ਇੱਕ ਨਵਾਂ ਪਰਚਾ ਆਈ ਆ ਜੀ ਸਿੱਧੂ ਤੇ ਦਰਜ ਹੋ ਗਿਆ ਹੈ ਐਕਸਟਰੈਕਸ਼ਨ ਦਾ ਅਰੰਗਦਾਰੀ ਮੰਗਣ ਦਾ ਤੇ ਸਰਪੰਚ ਸਾਫ ਕਾ ਸਰਪੰਚ ਤੋਂ ਨਾਲ ਕੋਈ ਗੱਲਬਾਤ ਕਰਦਿਆਂ 15 ਲੱਖ ਰੁਪਏ ਦੀ ਢੀਲ ਦੀ ਗੱਲ ਸਾਹਮਣੇ ਆਈ ਉਸ ਮੋਬਾਈਲ ਫੋਨ ਤੋਂ ਜਿਹੜਾ ਮੋਹਾਲੀ ਦੇ 8% ਦੇ ਪੁਲਿਸ ਸਟੇਸ਼ਨ ਵਿੱਚ ਦਰਜ ਹੋਇਆ ਸੀ ਜਦੋਂ ਮਾਮਲਾ ਆਈਜੀ ਸਿੱਧੂ ਅਰੈਸਟ ਹੋਇਆ ਸੀ ਤੇ ਉਸ ਤੋਂ ਬਾਅਦ ਹੋਦਾ ਮੋਬਾਈਲ ਫੋਨ ਸੀਜ਼ ਕੀਤਾ ਗਿਆ ਸੀ ਉਹਨੂੰ ਫਰਾਂਸ ਕਲਾਬ ਭੇਜਿਆ ਗਿਆ ਚੋਰੀ ਦੀ ਰਿਪੋਰਟ ਆਈ ਉਹਦੇ ਤੋਂ ਇੱਕ ਡੇਢ ਕ ਘੰਟੇ ਦੀ ਕਨਵਰਸੇਸ਼ਨ ਸਾਹਮਣੇ ਆਉਂਦੀ ਆ ਜਿਹੜੀ ਇੱਕ ਖੋਜੀ ਪੱਤਰਕਾਰ ਦੇ ਘਰੇ ਬੈਠ ਕੇ ਰਿਕਾਰਡ ਕੀਤੀ ਗਈ ਸੀ ਬੜਾ ਕਮਾਲ ਦਾ ਕਿੱਥਾ ਹੈ ਮੈਨੂੰ ਕਈ ਵਾਰ ਇਹ ਸਮਝ ਨਹੀਂ ਆਉਂਦਾ ਕਿ ਪੱਤਰਕਾਰ ਇਹੋ ਜਿਹੇ ਚੱਕਰਾਂ ਤੇ ਕਿਉਂ ਪੈ ਜਾਂਦੇ ਆ ਬਾਹਰ ਪਾਸੇ ਵੀ ਜਾਂਦੇ ਉਹਨਾਂ ਨੇ ਉੱਥੇ ਰਿਕਾਰਡਿੰਗ ਕੀਤੀ ਜਿਹਦੇ ਚ ਇੱਕ ਬੰਦੇ ਨੂੰ ਪਿੰਡ ਆਲਮਪੁਰ ਜਿਹੜਾ ਹੈਗਾਿੱਥੋਂ ਦਾ ਬਲਬੀਰ ਸਿੰਘ ਆਲਮਪੁਰ ਰਹਿਣ ਵਾਲਾ ਉਹ ਵੀ ਫੜਿਆ ਜਾ ਚੁੱਕਿਆ ਤੇ ਉਹ ਵੀ ਅੰਡਰ ਅਰੈਸਟ ਚੱਲ ਰਿਹਾ ਹੁਣ ਉਹ ਪੂਰੇ ਟੈਲੀਫੋਨ ਕਨਵਰਸੇਸ਼ਨ ਤੇ ਬੇਸ ਤੇ ਮਹਾਲੀ ਪੁਲਿਸ ਤੇ 8.8 ਫੇਰ ਰਿਤ ਇੱਕ ਨਵੀਂ ਐਫ ਆਈ ਆਰ ਦਰਜ ਕਰ ਦਿੱਤੀ ਗਈ ਉਹਦੇ ਬੇਸ ਤੇ ਮਾਲਵਿੰਦਰ ਸਿੰਘ ਸਿੰਧੂਦਾਰ ਟ੍ਰਾਂਜ਼ੀਟਰ ਮੰਨ ਲਿਆ ਗਿਆ ਜੇਲ ਤੋਂ ਰੋਪੜ ਜੇਲ ਤੋਂ ਵਾਪਸ ਠਾੜੇ ਰਾਂਦਾ ਗਿਆ ਤਿੰਨ ਦਿਨ ਦਾ ਨਮਾ ਰੇ ਮਾਲ ਦੇ ਪੰਜਾਬ ਹਰ ਦੀ ਮੋਹਾਲੀ ਮਜਿਸਟ੍ਰੇਟ ਦੀ ਅਦਾਲਤ ਨੇ ਜਾਦੀ ਦੀ ਅਦਾਲਤ ਨੇ ਦਿੱਤਾ ਕੱਲ ਇਹ ਰਿਮਾਰਡ ਹੋਇਆ ਸੀ ਅੱਜ ਪੁੱਛਗਤ ਹੋਈ ਕੱਲ ਵੀ ਹੋਣੀ ਆ ਔਰ ਜਦੋਂ ਦੋਨਾਂ ਨੂੰ ਸਾਹਮਣੇ ਕੀਤਾ ਗਿਆ ਬਲਬੀਰ ਸਿੰਘ ਨੂੰ ਔਰ ਮਾਲਵਿੰਦਰ ਸਿੰਘ ਸਿੱਧੂ ਨੂੰ ਉਹ ਤੋਂ ਪਤਾ ਲੱਗਿਆ ਕਿ ਇਹ ਸਾਰੀ ਗੱਲਬਾਤ ਜਿਹੜੀ ਆ ਇਹ ਖੋਜੀ ਪੱਤਰਕਾਰ ਦੇ ਘਰ ਹੋਈ ਸੀ ਇਹ ਕੇਸ ਫਾਈਲ ਕਰਨ ਤੋਂ ਪਹਿਲਾਂ ਮੋਹਾਲੀ ਪੁਲਿਸ ਨੇ ਆਪਣਾ ਕੇਸ ਬੜਾ ਮਜ਼ਬੂਤ ਕਰ ਲਿਆ ਸੀ। ਉਹਨਾਂ ਨੇ ਤਿੰਨਾਂ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਲੱਭੀ ਜਿਹੜੀ ਜਿਹੜੇ ਫੋਨ ਪ੍ਰੋਵਾਈਡਰਸ ਨੇ ਉਹਨਾਂ ਨੇ ਜੋ ਇਨਫਰਮੇਸ਼ਨ ਦਿੱਤੀ ਉਹਦੇ ਮੁਤਾਬਕ ਤਿੰਨਾਂ ਦੀ ਉਸ ਸਮੇਂ ਤੇ ਲੋਕੇਸ਼ਨ ਖੋਜੀ ਪੱਤਰਕਾਰ ਦੇ ਘਰ ਦੀ ਸੀ। ਔਰ ਉਸ ਤੋਂ ਬਾਅਦ ਯਾ 23 ਨੰਬਰ ਡਿਸਟਰੂ ਹੋਇਆ ਉਹਦੇ ਤੇ ਸਿੱਧੂ ਤੋਂ ਇਲਾਵਾ ਬਲਬੀਰ ਸਿੰਘ ਦਾ ਨਾਮ ਹੈ ਉਹ ਨਾਲ ਇਹ ਲਿਖਿਆ ਗਿਆ ਕਿ ਕੋਈ ਅਗਿਆਤ ਵਿਅਕਤੀ ਇਸ ਸਾਜਿਸ਼ ਵਿੱਚ ਸ਼ਾਮਲ ਸਨ ਦਿਨਾ ਨੇ ਇੱਕ ਸਖਸ਼ ਤੋਂ ਆਲਮਪੁਰ ਪਿੰਡ ਦੇ ਸਾਬਕਾ ਸਰਪੰਚ ਤੋਂ 15 ਲੱਖ ਰੁਪਏ ਮੰਗਣ ਦੀ ਸਾਜਿਸ਼ ਰਚੀ ਇਹ ਕੇਸ ਹੋਇਆ ਆਰ ਬਾਅਦ ਪਤਾ ਲੱਗਿਆ ਕਿ ਉਹ ਅਗਿਆਤ ਬੰਦਿਆਂ ਚੋਂ ਇੱਕ ਬੰਦਾ ਉਹ ਖੋਜੀ ਪੱਤਰਕਾਰ ਨੇ ਕੜਿਆ ਕਿਉਂਕਿ ਇਹਨਾਂ ਦੋਨਾਂ ਨੇ ਦੱਸਤਾ ਤੇ ਆ ਜਿਹੜੀ ਤੀਜੀ ਆਵਾਜ਼ ਤੁਸੀਂ ਸੁਣ ਰਹੇ ਹੋ ਰਿਕਾਰਡਿੰਗ ਤੇ ਇਹ ਉਸ ਬੰਦੇ ਦੀ ਆ ਹੁਣੇ ਦੋਨੇ ਬੰਦੇ ਖੋਜੀ ਪੱਤਰਕਾਰ ਦੇ ਮਿੱਤਰ ਨੇ ਪੁਰਾਣੇ ਇਹਨਾਂ ਲਈ ਖੋਜੀ ਪੱਤਰਕਾਰ ਨੇ ਬੜੀ ਲੰਬੀ ਚੌੜੀ ਮਹਿੰਮ ਚਲਾਈ ਸੀ ਵਿਜੀਲੈਂਸ ਬੀਰੋ ਦੇ ਨਾਲ ਮੈਨੂੰ ਯਾਦ ਹੈ ਮੈਂ ਸਾਰੇ ਪ੍ਰੋਗਰਾਮ ਸੁਣਦਾ ਹੁੰਦਾ ਸੀ ਖੁਦ ਇੱਕ ਪੱਤਰਕਾਰ ਦੇ ਰਿਸਪੈਕਟ ਕਰਦਾ ਸੀ ਇੱਕ ਸੀਨੀਅਰ ਜਰਨਲਿਸਟ ਨੇ ਪੁਰਾਣੇ ਜ਼ਮਾਨੇ ਵਿੱਚ ਬੜਾ ਕੰਮ ਕੀਤਾ ਹੋਇਆ ਤੇ ਮੈਂ ਸੁਣਦਾ ਹੁੰਦਾ ਸੀ ਕਮੈਂਟ ਵੀ ਕਰਦਾ ਸੀ ਗੱਲਾਂ ਵੀ ਕਰਦਾ ਸੀ ਮੈਂ ਇਹਨਾਂ ਨੂੰ ਕਦੇ ਕਰੇ ਉਮਰ ਚ ਵੱਡਾ ਮੈਂ ਆ ਉਹ ਮੇ ਤੋਂ ਉਮਰ ਚ ਬਹੁਤ ਛੋਟੇ ਆ ਮੈਂ ਸਲਾਹ ਵੀ ਦਿੰਦਾ ਹੁੰਦਾ ਸੀ ਕਿ ਇਸ ਤਰ੍ਹਾਂ ਦੇ ਕੰਮ ਪੱਤਰਕਾਰਾਂ ਨੂੰ ਨਹੀਂ ਕਰਨੇ ਚਾਹੀਦੇ ਕਹ ਰੋ ਮੇਰੇ ਹੀ ਖਰਾਬ ਹੋਗੇ ਉਹਨਾਂ ਨੇ ਜਦੋਂ ਜ਼ਿਆਦਾ ਕੰਮ ਕਰਦੇ ਸੀ ਆਪਣੇ ਚੈਨਲ ਤੇ ਚੰਗੀਆਂ ਰਿਪੋਰਟਾਂ ਬਣਾਉਂਦੇ ਸੀ ਮੈਂ ਕਿਹਾ ਜਿਹੜਾ ਤੁਸੀਂ ਏਜੰਡਾ ਪ੍ਰੋਗਰਾਮ ਕਰਦੇ ਹੋ ਇਹਦੇ ਨਾਲ ਨਾਲ ਇੱਕ ਤੁਸੀਂ ਇੱਕ ਮੂਮੈਂਟ ਖੜੀ ਕਰੋ ਪੰਜਾਬ ਤੇ ਜਿਹਦਾ ਨਾਮ ਹੋਵੇ ਏਜੰਡਾ ਪੰਜਾਬ ਫੋਰਮ ਇਸ ਕਿਸਮ ਦਾ ਕੋਈ ਉਹਨਾਂ ਨੇ ਮੇਰੀ ਗੱਲ ਮੰਨ ਲਈ ਉਦੋਂ ਮੇਰੇ ਨਾਲ ਵਿਗਾੜਨ ਤੋਂ ਪਹਿਲਾਂ ਔਰ ਉਹ ਫੋਰਮ ਬਣਾ ਲਿਆ ਉਹਦੇ ਕਈ ਛਾਰੇ ਬੰਦੇ ਇਨਵੋਲਵ ਕੀਤੇ ਨਵੇਂ ਲੇਕਿਨ ਕੋਈ ਕੰਮ ਦੀ ਗੱਲ ਨਹੀਂ ਕੀਤੀ ਜੋ ਮੈਂ ਚਾਹੁੰਦਾ ਸੀ ਕਿ ਮੈਨੂੰ ਜਿਆਦਾ ਪਤਾ ਨਹੀਂ ਸੀ ਖੋਜੀ ਪੱਤਰਕਾਰ ਬਾਰੇ ਮੈਂ ਤਾਂ ਉਹਦੀਆਂ ਕੁਝ ਵੀਡੀਆਂ ਦੇਖ ਕੇ ਛਲਾਵਾ ਕਰਨ ਲੱਗ ਗਿਆ ਉਹਨਾਂ ਨੇ ਉਸ ਮੇਰੀਆਂ ਗੱਲਾਂ ਮੰਨੀਆਂ ਵੀ ਫੋਰਮ ਬਣਾ ਲਿਆ ਤਿੰਨ ਚਾਰ ਦਿਨ ਪਹਿਲਾਂ ਫੋਰਮ ਦੇ ਥੱਲੇ ਕਿਤੇ ਤੰਦੀ ਗੜ ਯੂਟੀ ਦੀ ਐਕਸੈਸ ਪੀ ਦੇ ਖਿਲਾਫ ਕੁਝ ਬੋਲਤਾ ਮੈਂ ਇੱਕ ਹੋਰ ਮੈਨੂੰ ਕਿਤੇ ਨੇ ਛੋਟੀ ਜੀ ਕਲਿੱਪ ਦੀ ਵੀਡੀਓ ਕਲਿੱਪ ਹੋਤੇ ਇੱਕ ਡੀਐਫਪੀ ਨਾਲ ਬੜੇ ਅਜੀਬ ਤਰੀਕੇ ਨਾਲ ਗੱਲਬਾਤ ਕਰ ਰਿਹਾ ਜੋ ਪੱਤਰਕਾਰਾਂ ਦੀ ਪਾਛਾ ਨਹੀਂ ਹੁੰਦੀ ਪੱਤਰਕਾਰ ਪੱਤਰਕਾਰ ਹੁੰਦਾ ਹੈ ਇੱਕ ਰਿਪੋਰਟ ਕਰਨਾ ਹੁੰਦਾ ਫਰਜ਼ ਹੁੰਦਾ ਐਕਟਿਵਿਸਟ ਪੱਤਰਕਾਰ ਨੇ ਜੇ ਬੜਨਾ ਹੈ ਤਾਂ ਉਹਨੂੰ ਫਿਰ ਪੱਤਰਕਾਰਤਾ ਛੱਡ ਦੇਣੀ ਚਾਹੀਦੀ ਆ ਇਹ ਐਕਟਿਵਿਸਟ ਪਰ ਜਾਲਾ ਤੇ ਇਹਦਾ ਖੈਰ ਉਹਨਾਂ ਦਾ ਮਸਲਾ ਜੋ ਮਰਦੀ ਕਰਨ ਤੋਂ ਜਦੋਂ ਚੰਗੀ ਕਰਦੇ ਫਿਰ ਰੇਲ ਤੇ ਥਾਣੇ ਤੇ ਐਸ ਐਚਓ ਨੇ ਖੁਦ ਇੱਕ ਕੰਪਲੇਂਟ ਕੀਤੀ ਪੁੱਛ ਗਈ ਥੋਈ ਤੇ ਪਤਾ ਲੱਗਿਆ ਕਿ ਸੋਰਸਸ ਨੇ ਕਿਹਾ ਜੋ ਸਵੇਰੇ ਪત્રਕਾਰ ਸਾਹਿਬ ਨੂੰ ਕੋਈ ਸਾਮਨ ਨੋਟਿਸ ਜਾਂ ਕੋਈ ਫੋਨ ਕੀਤਾ ਗਿਆ WhatsApp ਮੈਸੇਜ ਹੋ ਵੀ ਆਣਾ ਕੁਝ ਭੇਜਿਆ ਗਿਆ ਕਿ ਤੁਸੀਂ ਤਫਤੀਸ਼ ਵਿੱਚ ਸ਼ਾਮਲ ਹੋਣ ਦੀ ਤੁਹਾਨੂੰ ਬੇਨਤੀ ਕੀਤੀ ਜਾਂਦੀ ਹੈ ਉਸ ਤੋਂ ਕੁਝ ਘੰਟਿਆਂ ਬਾਅਦ ਪੱਤਰਕਾਰ ਜੀ ਨੇ ਇੱਕ ਆਪਣੇ ਜਿਹੜਾ ਉਹਨਾਂ ਦਾ ਵਟਸਐਪ ਗਰੁੱਪ ਹੈ ਜਿਹਦੇ ਇਤਜਾਦਾ ਲੋਕ ਪੱਤਰਕਾਰ ਹੀ ਨੇ ਪੁਰਾਣੇ ਪੰਜਾਬ ਦੇ ਸਾਰੇ ਹੋਰ ਬਹੁਤ سارے ਲੋਕ ਹੋਣਗੇ ਪਤਾ ਨਹੀਂ ਮੈਨੂੰ ਵੀ ਪਹਿਲਾਂ ਰੱਖਿਆ ਸੀ ਸਾਰੇ ਮੈਸੇਜ ਆਉਂਦੇ ਸੀ ਬਾਅਦ ਵਿੱਚ ਮੈਨੂੰ ਬਲਾਕ ਕਰਤਾ ਉਹਨਾਂ ਨੇ ਅੜਤਾ ਮੈਨੂੰ ਉਸ ਗਰੁੱਪ ਚੋਂ ਤੇ ਮੈਂ ਇੱਕ ਤੇ ਮੇਰੇ ਮਿੱਤਰ ਨੇ ਪੱਤਰਕਾਰ ਮੇਰੇ ਵੀ ਦੋਸਤ ਹੈਗੇ ਜਿਨ੍ਹਾਂ ਨੂੰ ਮੈਂ ਨੇ ਭੇਜਿਆ ਉਸ ਪੱਤਰਕਾਰ ਨੇ ਮੈਨੂੰ ਉਹ ਮੈਸੇਜ ਭੇਜਤਾ ਆ ਕੇ ਉਹ ਮੈਸੇਜ ਦੀ ਹੈਡਲਾਈਨ ਤੁਸੀਂ ਦੇਖੋ ਮੋਹਾਲੀ ਪੁਲਿਸ ਪਲੈਨਿੰਗ ਮਿਸਟ੍ਰੀਕ ਕੁਐਸਚਨ ਮਾਰ ਕੀ ਮੋਹਾਲੀ ਪੁਲਿਸ ਕੋਈ ਸ਼ਰਾਰਤ ਪਲਾਨ ਕਰ ਰਹੀ ਆ ਉਸ ਤੋਂ ਬਾਅਦ ਅਗਰੇਜ਼ੀ ਚ ਲਿਖਿਆ ਚੈਨਲ ਪੰਜਾਬੀ ਦੀ ਚਲਾਉਂਦੇ ਆ ਤੇ ਭਾਸ਼ਣ ਬਾਜੀ ਅੰਗਰੇਜ਼ੀ ਚ ਕਰਦੇ ਕਹਿੰਦੇ ਜਸਟ ਰੀਸੀਵ ਜਨਫਰਮੇਸ਼ਨ ਫਰਮ ਅ ਫ੍ਰੈਂਡਲੀ ਪਲੀਸ ਅਫੀਸਰ ਥੈਟ ਮਹਾਲੀ ਪੁਲਿਸ ਇਜ਼ ਪਲੈਨਿੰਗ ਟੂ ਯੂਜ਼ ਐਨ ਆਡੀਓ ਰਿਕਾਰਡਿੰਗ ਅਗੇਂਸਟ ਮੀ ਬਾਈ ਮਿਸਇੰਟਰਪ੍ਰੀਟਿੰਗ ਇਟਸ ਕੰਟੈਕਸਟ ਦੋਸਤੋ ਇਹਨਾਂ ਦਾ ਇਹ ਕਹਿਣਾ ਕਿ ਮਹਾਰੀ ਪਲੀਟ ਮੈਨੂੰ ਫਸਾੜ ਲਈ ਇੱਕ ਆਡੀਓ ਰਿਕਾਰਡਿੰਗ ਨੂੰ ਮੈਨੂੰ ਪ੍ਰੈਜ਼ੈਂਟ ਕਰ ਰਹੀ ਆ ਮੈਸ ਇੰਟਰਪ੍ਰੀਟ ਕਰ ਰਹੀ ਆ ਉਹਦਾ ਗਲਤ ਮਹਿਨਾ ਕੱਢ ਰਹੀ ਆ ਤੁਸੀਂ ਮੈਨੂੰ ਇਹ ਦੱਸੋ ਜਦੋਂ ਤੁਸੀਂ ਕਿਸੇ ਬੰਦੇ ਦੀ ਮਰਜ਼ੀ ਤੋਂ ਬਿਨਾ ਉਹੀ ਰਿਕਾਰਡਿੰਗ ਕਰਦੇ ਹੋ ਉਹਨੂੰ ਘਮਣ ਘੇਰੀਆਂ ਤੇ ਪਾ ਕੇ ਫਸਾ ਕੇ उन्हू किसी तरह लले पप्पे देकर लॉलीपाप दे कटा तो चाहते हो और अल्टीमेटली एक डिमांड तक पहुँचते हो क्या कुछ तू दे, दे ते ते तेरा खैर छे वो मैं तुम दसूँगा अगली गल सुनो इन दिस ऑडियो रिकॉर्डिंग बलबीर सिंह आलमपुर

ਰਣਜੀਤ ਸਿੰਘ ਦੀ ਬਦਲੀ ਏਆਈ ਜੀ ਦੇ ਰੀਡਰ ਤੋਂ ਹੋ ਚੁੱਕੀ ਹੈ। ਔਰ ਇਹ ਫੈਕਟ ਹਾਈ ਕੋਰਟ ਵੀ ਦੱਸ ਦਿੱਤਾ ਗਿਆ ਸੀ। ਇਹਨਾਂ ਨੇ ਕੋ ਪਟੀਸ਼ਨ ਪਾਈ ਸੀ ਉੱਥੇ ਵੀ ਇਹ ਫੈਕਟ ਦੱਸਿਆ ਗਿਆ ਕਿ ਅੱਜ ਦੇ ਦਿਨ ਤੱਕ ਹੁਣ ਇਹ ਰਣਜੀਤ ਸਿੰਘ ਜੋ ਵੀ ਹੈ ਕੋਈ ਇਹ ਪਤਨਿਆ ਆਲਮਪਰਦਾ ਰਹਿਣ ਵਾਲਾ ਦਾ ਕਿਤੇ ਹੋਰ ਦਾ ਰਹਿਣ ਵਾਲਾ ਇਹ ਮਨਮੋਹ ਸ਼ਰਮਾ ਦਾ ਰੀਡਰ ਨਹੀਂ ਹੈ। ਹਟਾ ਦਿੱਤਾ ਗਿਆ ਉੱਥੋਂ ਕਿਤੇ ਹੋਰ ਭੇਜਤਾ ਕੱਢਤਾ ਇਹਨੂੰ ਹੈਡ ਆਫ ਤੋਂ ਬਿジネス ਦੇ ਉਸ ਤੋਂ ਲਾਵਾ ਅਗਲੀ ਗੱਲ ਕਹਦੇ ਆ ਫਿਰ ਮੈਂ ਆਪਣੇ ਸਟੋਰ ਤੋਂ ਇਨਕੁਆਇਰੀ ਕੀਤੀ ਕਿ ਜਿਹੜੇ ਬੰਦੇ ਨਾਲ ਖੋਜੀ ਪੱਤਰਕਾਰ ਸਾਹਿਬ ਨੇ ਰਿਕਾਰਡਿੰਗ ਕਰਵਾਈ ਬਲਬੀਰ ਤੇ ਮਾਲਮਪੁਰ ਤੋਂ ਕੀ ਉਹ ਬੰਦਾ ਇਹ ਰਣਜੀਤ ਸਿੰਘ ਦਾ ਮਾਮਾ ਹੈ ਕਿ ਨਹੀਂ ਹੈ ਪਤਾ ਲੱਗਿਆ ਇਹਨਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਉਹ ਪਿੰਡ ਤੇ ਤੇ ਮੈਂ ਆਹਰ ਮਾਦੀ ਉਮਰ ਦੀ ਔਰਤ ਨੂੰ ਮਾਸੀ ਕਹਦੇ ਨੇ ਆ ਇਸ ਤਰ੍ਹਾਂ ਮਾਸੀ ਕਹਦੇ ਤੇ ਇਹਨਾਂ ਨੇ ਉਹਨੂੰ ਉਹਦਾ ਭੜਜਾ ਬਣਾ ਲਿਆ ਪਤਾ ਨਹੀਂ ਬੇ ਕੀ ਕੀ ਕਰਦੇ ਫਿਰਦੇ ਮੈਨੂੰ ਸਮਝ ਨਹੀਂ ਆਉਦੀ ਅਗਲੀ ਗੱਲ ਦੇਖੋ ਰਣਜੀਤ ਸਿੰਘ ਹੂਜ਼ ਰੀਅਲ ਬ੍ਰਦਰ ਮਾਸਟਰ ਦਲਜੀਤ ਸਿੰਘ ਗਾਟ ਜੋਬ ਬਾਈ ਯੂজিং ਅ ਫੇਕ ਦਾਲਿਤ ਸਰਟੀਫਿਕੇਟ ਅਬਾਊਟ ਵਿਦ ਬਰਬੀਰ ਸਿੰਘ ਆਲੰਪੁਰ ਲਾਡਾ ਕੰਪਲੇਂਟ ब्रैक्ट रीति लेके ऑफर्ड बलबीर रुपीस फाइव लाख ब्राइब टू तो टेक बैक द कंप्लेंट बट इट फ्यूल यार जेड़े बंदे अरेस्ट हो चुके हैं कि जमानत तो उनारियां हुईया नहीं एंटीपेटिटरी बेल कैंसल हो गईयां ओदे बारे अजे भी फेक 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 करी जाते आए खोजी पत्रकार ਮਨ ਤੋਂ ਲੱਗਦਾ ਹੈ ਕੋਈ ਪੱਤਰਕਾਰ ਵੀ ਫੇਕ ਪੱਤਰਕਾਰ ਹੀ ਐ ਕੋਕੋਗੇ ਅਸਲੀ ਪੱਤਰਕਾਰ ਇਹ ਹੁੰਦੀਆਂ ਗੱਲਾਂ ਕਦੇ ਕਰਦੇ ਨਹੀਂ ਅਜੇ ਵੀ ਉਹ ਬੰਦੇ ਜੇਲ੍ਹ 'ਚ ਬੈਠੇ ਜ਼ਮਾਨਤਾ ਨਹੀਂ ਹੋਈਆਂ ਇਹ ਕਹੀ ਜਾਂਦੇ ਫੇਕ ਹਰ ਸਰੋਂ ਕੁਝ ਹੀ ਫੇਕ ਆ ਔਰ ਸ਼ਰਾਰਤ ਹੈ ਨਵੀਂ ਪੁਲਿਸ ਦੀ ਮੈਨੂੰ ਪਸਾਉਣ ਦੀ ਉਹਨਾਂ ਨੂੰ ਵੀ ਸ਼ਰਾਰਤ ਤੇ ਪਸਾਇਆ ਲੋਟੋ ਲੈ ਦੇ ਕੇ ਪੰਜਾਬ 'ਚ ਇੱਕੋ ਹੀ ਮਹਿਕਮਾ ਧੰਗਾ ਕੰਮ ਕਰ ਰਿਹਾ ਵਿਜੀਲੈਂਸ ਬਿਊਰੋ ਕਿੰਨੇ ਉਹਨਾਂ ਨੇ ਸਕੈਂਡਲ ਕੱਢੇ ਕਿੰਨੇ ਕਰਪ ਲੋਕਾਂ ਨੂੰ ਫੜਿਆ ਮੰਤਰੀ ਸਾੰਤਰੀ ਪ੍ਰਾਣੇ ਪੁਲਸァਲੇ ਦੂਸਰੇ ਤੇ ਜਦੋਂ ਤੁਸੀਂ ਇਹੋ ਜੀਆਂ ਰਿਪੋਰਟਸ ਕਹੀ ਜਾਂਦੇ ਹੋ ਕਿ ਐਫ ਆਈ ਆਰ ਫੇਕ ਸੀ ਜੇ ਫੇਕ ਐਫ ਆਈ ਆਰ ਸੀ ਤਾਂ ਕੋਰਟ ਚ ਕੇਸ ੱਲਿਆ ਕਿਵੇਂ ਹਾਈ ਕੋਰਟ ਤੱਕ ਪਹੁੰਚ ਗਿਆ ਉਹਨਾਂ ਦੀ ਅਰੈਸਟ ਨੂੰ ਜਾਇਜ਼ ਠਹਿੜਾਇਆ ਗਿਆ ਜ਼ਮਾਨਤ ਨਹੀਂ ਦਿੱਤੀ ਗਈ ਉਹੀ ਪੇਰੇ ਕਹੀ ਜਾਣੇ ਉਹ ਪੇ ਕਾਪਾ ਯਾਰ ਇਹ ਇੱਕ ਤਰੀਕੇ ਦਾ ਵਿਜੀਲੈਂਟ ਬਿਊਰੋ ਦੇ ਜਿਹੜੇ ਚੀਪ ਐ ਉਹਨਾਂ ਦਾ ਨਾਂ ਲੈ ਲੈ ਕੇ ਖੋਜੀ ਪੱਤਰਕਾਰ ਨੇ ਕਈ ਐਪੀਕੋਲ ਬਣਾਏ ਮੇਰੇ ਨਿੱਕੇ ਵੀਰ ਮੜੇ ਵਧੀਆ ਅਫਸਰ ਨੇ ਪਰ ਜਦੋਂ ਉਹ ਗਲਤ ਕੰਮ ਕਰਨਗੇ ਮੈਂ ਇਹਨਾਂ ਦਾ ਕਾ ਨਵੀਂ ਮਰੋੜ ਸਕਦਾ ਆਂ ਬਾਹ ਵੀ ਮਰੋੜਦੇ ਪਤਾ ਨਹੀਂ ਕੀ ਕੀ ਬੋਲੇ ਆ ਆਪਣੇ ਵੀਰ ਉਸ ਤੋਂ ਬਾਅਦ ਯਕੀਨ ਉਹ ਸਾਥ ਸਦ ਬਰਿੰਦਰ ਕੁਮਾਰ ਨਾ ਉਹਨਾਂ ਦਾ ਸ਼ਾਇਦ ਡੀਜੀ ਲੈਵਲ ਦੇ ਅਫਸਰ ਨੇ ਚੰਗਾ ਕੰਮ ਕਰ ਰਿਹਾ ਮੈਂ ਜੋ 12 ਪੜਦਾ ਛੜਦਾ ਪੱਤਰਕਾਰ ਤੋਂ ਹੁਣ ਤੱਕ ਮੈਂ ਤਾਂ ਮਿਲਿਆ ਨਹੀਂ ਕਦੇ ਜਾਲਦਾ ਨਹੀਂ ਉਹਨਾਂ ਨੇ ਇਹ ਵੀ ਕਹਿਤਾ ਆਪਣੀ ਇੱਕ ਵੀਡੀਓ ਚ ਕਿ ਮੇਰਾ ਨੰਬਰ ਉਹਨਾਂ ਨੇ ਬਲੌਕ ਕਰਦਾ ਉਹ ਭਰਾ ਮੇਰੇ ਜੇ ਤੋਂ ਵੱਡਾ ਭਰਾ ਸੀ ਉਹ ਛੋਟੇ ਭਰਾ ਸੀ ਉਹ ਕੋਈ ਇਹੋ ਜੀ ਗੱਲ ਹਰਕਤ ਕੀਤੀ ਹੋਣੀ ਹੈ ਤੇਰਾ ਨੰਬਰ ਬਲਾਕ ਕਰਨਾ ਪਿਆ ਜੀ ਮੇਰਾ ਨੰਬਰ ਤਾਂ ਅਜ ਤੱਕ ਕਿਸੇ ਨੇ ਬਲਾਕ ਕੀਤਾ ਨਹੀਂ ਨਾ ਕਦੇ ਇਹ ਜੀ ਨਾ ਬਤਾਈਆ ਉਸ ਤੋਂ ਬਾਅਦ ਉਤੇ ਕੋਈ ਐਸਐਸਪੀ ਰੈਂਕ ਤੇ ਜਾਏ ਆ ਜੀ ਰੈਂਕ ਤੇ ਮਨਮੋਹਨ ਸ਼ਰਮਾ ਅਫਸਰ ਨੇ ਮੈਨੂੰ ਮੇਰੇ ਪੁਰਾਣੇ ਦੋਸਤ ਮੋਖ ਸਰ ਇਹ ਕਿਤੇ ਨੌਕਰੀ ਕੀਤੀ ਇਹਨਾਂ ਨੇ ਪਹਿਲਾਂ ਪਤਾ ਨਹੀਂ ਮੈਂ ਇੱਥੇ ਰਹਿਦਾ ਨਹੀਂ ਸੀ ਮੈਨੂੰ ਦੋਸਤਾਂ ਨੇ ਬੁਖਸਰ ਦੇ ਕਿਹਾ ਕਿ ਬੜੇ ਚੱਕੇ ਆਪਸਰ ਹੈ ਸਾਡੇ ਬੜੇ ਕਰੀਬੀ ਨੇ ਤੇ ਤੁਸੀਂ ਉਹਨਾਂ ਨੂੰ ਜਾ ਕੇ ਮਿਲ ਕੇ ਆਓ ਮੈਂ ਕਿਹਾ ਯਾਰ ਮੈਂ ਵੀ ਇਲਾਤ ਬੇਰਤ ਕਿਲਾ ਮੈਂ ਤਾਂ ਕੋਈ ਸਰਕਾਰੀ ਮੁਲਾਜ਼ਮ ਨਹੀਂ ਮੈਂ ਕੋਈ ਰਿਸ਼ਤਾਕ ਦੇ ਟੋਲੀਆਂ ਨਹੀਂ ਨਾ ਦਿੱਤੀਆਂ ਨਾ ਮੈਂ ਰਿਸ਼ਤ ਲੈਂਦਿਆਂ ਵਾਲਿਆਂ ਨਾਲ ડીਲ ਕਰਦਾ ਮੈਂ ਤਾਂ ਆਪਣਾ ਇੱਕ ਰਿਸ਼ਤੇਦਾਰੀ ਦਾ ਭਰਾ ਲੱਗਦਾ ਸੀ ਮੈਂ ਉਹਨੂੰ ਮਿਲਣਾ ਛੱਡਤਾ ਮੈਂ ਕਿ ਲੜਣਾ ਬੀਜਲਸ ਬੀਰੋ ਤੋਂ ਫਿਰ ਵੀ ਕਹਿੰਦਾ ਨਹੀਂ ਬੜੇ ਟੱਕੇ ਆਪਸਰਾ ਤਰੂ ਖਬਰਾਂ ਮਿਲ ਜਾਣਗੇ ਮੈਂ ਤੇਰਾ ਖਬਰਾਂ ਮੈਂ ਕਵਰ ਨਹੀਂ ਕਰਦਾ ਮੈਂ ਤਾਂ ਹੋਰਾ ਪੰਜਾਬ ਦੇ ਸ਼ੂ ਕਵਰ ਕਰਦਾ ਮੈਂ ਕੋਈ ਇੰਡੀਵਿਜੂਅਲ ਕੇਸਸ ਕਵਰ ਨਹੀਂ ਕਰਦਾ ਖੈਰ ਤੜੇ ਮੌਕਾ ਨਹੀਂ ਮਿਲਿਆ ਉਹ ਮਨਮੋਹਨ ਸ਼ਰਮਾ ਦੇ ਰੀਡਰੇ ਰਣਜੀਤ ਸਿੰਘ ਉਹਨੋਂ ਸੀ ਜਦੋਂ ਇਹ ਤਾਰਾ ਮਾਮਲਾ ਸ਼ੁਰੂ ਹੋਇਆ ਅੱਜ ਕੋਲ ਹੋਵ ਨਹੀਂ ਐ ਮੈਂ ਇਨਕੁਆਇਰੀ ਕਰ ਲੈਣਾ ਸਾਰੇ ਪત્રਕਾਰ ਦੋਸ਼ ਝਾੜਦੇ ਆ ਵਿਚਾਰੇ ਮੇਰੇ ਇੱਕ ਹੋਰ ਮਿੱਤਰ ਨੇ ਬਲਦੀਪ ਸਿੰਘ ਮਰਵਾਹਾ ਉਹ ਪત્રਕਾਰ ਨੇ ਬੜੇ ਸੀਨੀਅਰ ਪੱਤਰਕਾਰ ਨੇ ਪੰਜਾਬ ਦੇ ਮੋਹਾਲੀ ਦੇ ਤੋਂ ਉਹਨਾਂ ਨੇ ਮੇਰੀਆਂ ਤਿੰਨ ਚਾਰ ਵਾਰੀ ਇੰਟਰਵਿਊਜ਼ ਵੀ ਕੀਤੀਆਂ ਆਪਣੇ ਸਟੂਡੀਓ ਵੀ ਬੁਲਾਇਆ ਪੰਜਾਬ ਕੋਈ ਟੈਲੀਵਿਜ਼ਨ ਸੀ ਕਿ ਉਹਦੇ ਚ ਕੰਮ ਕਰਦੇ ਚੁਣ ਸਕਰੋਲ ਟੀਵੀ ਚ ਤੇ ਮੇਰੇ ਨਾਲ ਕਾਫੀ ਰਾਬਤਾ ਹੈ ਉਹਨਾਂ ਦਾ ਮੈਂ ਉਹਨਾਂ ਨਾਲ ਗੱਲ ਕੀਤੀ ਕਿ ਆ ਮੈਂ ਬਲਮੋਨ ਸ਼ਰਮਾ ਜੀ ਨੂੰ ਮਿਲਣਾ ਚਾਹੁੰਨਾ ਬੜੀ ਤਾਰੀਫ਼ ਸੁਣੀ ਆ ਤੇ ਤੂੰ ਜਾਣਦਾ ਕਦੇ ਜੀ ਬੜਾ ਫਲਾਣਾ ਜਾਣਦਾ ਮੈਂ ਕਿ ਜਰੂਰ ਉਹਨਾਂ ਨੂੰ ਫੋਨ ਕਰਦੀ ਤੇ ਉਹਨਾਂ ਦਾ ਨੰਬਰ ਮੈਨੂੰ ਦੇ ਦੀ ਤੇ ਮੈਂ ਉਹਨਾਂ ਨੂੰ ਕਿਤੇ ਜਦੋਂ ਮੌਕਾ ਮਿਲੇ ਮਿਲ ਕੇ ਆਉਂਗਾ ਬੜੇ ੱਗੇ ਕੰਮ ਕੀਤੇ ਆ ਤੇ ਚਲੋ ੱਗਾ ਬੰਦਾ ਸਮਝ ਕੇ ਮਿਲਿਆਵਾਂਗੇ ਤੇ ਉਹ ਬਲਜੀਤ ਸਿੰਘ ਨੇ ਮੈਨੂੰ ਅਜ ਤੱਕ ਨਾ ਨੰਬਰ ਭੇਜਿਆ ਤੇ ਪਤਾ ਨਹੀਂ ਮਰਮੋਨ ਸ਼ਰਮਾ ਜੀ ਨਾਲ ਗੱਲ ਕੀਤੀ ਕਿ ਨਹੀਂ ਕੀਤੀ ਪਰ ਮੈਨੂੰ ਨੰਬਰ ਨਹੀਂ ਭੇਜਿਆ ਉਹਨੇ ਅਜ ਤੱਕ ਇਹ ਤਾਂ ਸਾਡੇ ਦੋਸਤ ਨੇ ਇਹੋ ਜਿਹਾ ਵਿਚਾਰੇ ਬਿਜੀ ਹੋ ਗਿਆ ਹੁਣਾ ਬਹੁਤ ਮਿਹਨਤੀ ਮੁੰਡਾ ਬਹੁਤ ਚੰਗਾ ਕੰਮ ਕਰਦਾ ਖੈਰ ਉਸ ਤੋਂ ਬਾਅਦ ਕਹਿੰਦੇ ਦੀ ਬਟ ਹੀ ਰਿਫਿਊਜ਼ ਐਟ ਮਾਈ ਰੈਜ਼ੀਡੈਂਸ ਆਈ ਰਿਕਾਰਡਡ ਦਾ ਫੋਲੋਇੰਗ ਆਡੀਓ ਆਪੇ ਮੰਨੀ ਜਾਂਦੇ ਨੇ ਖੋਜੀ ਪੱਤਰਕਾਰ ਜੀ ਕਿ ਮੈਂ ਆਪਣੇ ਘਰੇ ਇਹ ਵੀਡੀਓ ਆਡੀਓ ਰਿਕਾਰਡਿੰਗ ਮੈਂ ਕੀਤੀ ਸੀ ਕਮਾਲ ਆ ਆਮ ਅ ਰੀਲੀਜ਼ਿੰਗ ਨਾਉ ਉਹਨਾਂ ਨੇ ਉਸ ਮੈਸੇਜ ਦੀ ਆਡੀਓ ਰਿਕਾਰਡਿੰਗ ਵੀ ਭੇਜੀ ਹੈ ਮੈਂ ਤੁਹਾਨੂੰ ਸੁਣਾ ਵੀ ਦਵਾਂਗਾ ਤੁਹਾਨੂੰ ਪਰ ਕੋਈ ਫਾਇਦਾ ਨਹੀਂ ਹੋਣਾ ਮੈਂ ਸੁਣਾਉਂਗਾ ਵੀ ਤੁਹਾਨੂੰ ਸੰਦੇ ਨਹੀਂ ਆਣੀ ਕਿਉਂਕਿ ਉਸ 1.5 ਘੰਟੇ ਦੀ ਰਿਕਾਰਡਿੰਗ ਦਾ ਕੁਝ ਮਿੰਟ ਕੱਢ ਕੇ ਇਹਨਾਂ ਨੇ ਉਹ ਵਿਚ ਲਾਏ ਹੋਏ ਜਿਹੜੇ ਤੋਂ ਬਲਬੀਰ ਸਿੰਘ ਆਲੰਪੁਰ ਆਲੰਪੁਰ ਪਿੰਡ ਦੇ ਸਾਬਕਾ ਸਰਪੰਚ ਜਾਂ ਪਹਿਲੇ ਸਰਪੰਚ ਕੁਝ ਉਹ ਹੈ ਸਰਪੰਚ ਹੀ ਨਾ ਬੁਲਾਣਾ ਦੇਣਾ ਉਹਦੇ ਨਾਲ ਗੱਲਬਾਤ ਕਰ ਰਿਆ ਤੇ ਹੁਣ ਮਾਮਲਾ ਬਹੁਤ ਵਿਗੜ ਗਿਆ 5 ਲੱਖ ਤੋਂ ਗੁਜ਼ਾਰਾ ਨਹੀਂ ਹੋਣਾ ਕੋ ਫਲਾਨੇ ਨਾਲ ਗੱਲ ਕਰ ਟਿੰਕੇ ਟਿੰਕੇ ਨਾਲ ਗੱਲ ਕਰ ਆਪਣੇ ਮਾਸੀ ਦੇ ਮੁੰਡੇ ਨਾਲ ਗੱਲ ਕਰ ਤੇ ਐਂਡਰਡ ਰੋ ਰਿਕਾਰਡਿੰਗ ਖਤਮ ਹੁੰਦੀ ਆ ਤਾਂ ਇਹ ਖੋਜੀ ਪੱਤਰਕਾਰ ਸਾਹਿਬ ਬੜੀ ਉੱਚੀ ਆਵਾਜ਼ ਚ ਬੋਲਦੇ ਆ ਕਿ ਤੂੰ ਉਹਦਾ ਨੰਬਰ ਫੇਰ ਨਹੀਂ ਮੰਗਿਆ ਇਹ ਨਹੀਂ ਕੀਤਾ ਉਹਨੂੰ ਕਿ ਤੂੰ ਨੂੰ ਚਾਲ ਰਿਹਾ ਬਲਬੀਰ ਸਿੰਘ ਨੂੰ ਮਤਲਬ ਖੋਜੀ ਪੱਤਰਕਾਰ ਖੋਸ ਨਹੀਂ ਹੋਇਆ ਕਿ ਜੇ ਉਹ ਚਾਹੁੰਦਾ ਸੀ ਉਸ ਤਰ੍ਹਾਂ ਗੱਲ ਬਲਬੀਰ ਸਿੰਘ ਤੋਂ ਨਹੀਂ ਹੋਣੀ ਉਹ ਉਹ ਆਵਾਜ਼ ਵੀ ਇਹਦੇ ਟ ਹੈਗੀ ਆ ਮੈਂ ਨਹੀਂ ਸੁਣਾਦਾ ਤੁਹਾਨੂੰ ਮੈਨੂੰ ਚਗਾ ਨਹੀਂ ਲੱਗਦਾ ਆ ਇਹ ਲੋਕਾ ਇੱਕ ਕੈਬਿਨੇਟ ਦਾ ਅਫਸਰ ਹੈ ਹਾਲਾਂਕਿ ਇਹ ਵੀਡੀਓ ਰਿਕਾਰਡਿੰਗ ਖੋਦੀ ਪત્રਕਾਰ ਨੇ ਖੁਦ ਭੇਜੀ ਉਸ ਤੋਂ ਬਾਅਦ ਇਹ ਕਬੇੜੀਆ ਸਿੰਘ ਉਹ ਬਕਰ ਨਾ ਵੀ ਦੱਸਿਆ ਕਿ ਬਲਬੀਰ ਸਿੰਘ ਨੇ ਸਜੈਸਟਡ ਥੈਟ ਸਿੰਘ विजिलेंस ब्यूरो हैज ब्यूरोज हिम समेट विल बी फॉर रूपीज फिफ्टीन लैक इट वॉज डन टू क्रिएट एविडेंस हम कहते जी पां लाख की जगह बलबीर सिंह ने पंद्रह लाख इस करके मे कि एविडेंस क्रिएट करना चाहते कि पैसे मंगना एविडेंस होंगी है हम यथ तो तक ਕਾਨੂੰਨੀ ਹੈ ਕਿਥੋਂ ਤੱਕ ਗੈਰ ਕਾਨੂੰਨੀ ਹੈ ਇੱਕ ਗੱਲ ਦਾ ਫੈਸਲਾ ਤਾਂ ਇਹ ਹੁਣ ਮੋਹਾਲੀ ਪੁਲਿਸ ਦਾ ਜਿਹੜਾ ਕੋਈ ਫੇਰੇ ਦਾ ਕੋਈ ਪੁਲਿਸ ਸਟੇਸ਼ਨ ਆ ਉਹ ਕਰੇਗਾ ਜਿਨ੍ਹਾਂ ਨੇ ਕੇਸ ਰਜਿਸਟਰ ਕੀਤਾ ਪਰ ਪਤਾ ਲੱਗਿਆ ਕਿ ਖੋਜੀ ਪત્રਕਾਰ ਨੂੰ ਭਾਜਣਾ ਪਈਆਂ ਹੋਈਆਂ ਹੁਣ ਉਹ ਆਪਣੀ ਆਪਰਾਣੀਆਂ ਹਰਕਤਾਂ ਜਿਹੜੀਆਂ ਤੀ ਕੀਤੀਆਂ ਉਹਨਾਂ ਤੋਂ ਭੱਜਣ ਲਈ ਬਚਣ ਲਈ ਭਟਿਆ ਪੇਗਾ ਵਿਜੀਲੈਂਸ ਵੀ ਉਰੂਦੀ ਇਹ ਚੰਗੇ ਆਫਸਰਾਂ ਦੇ ਖਿਲਾਫ ਤਵਾਲਾ ਲਾ ਕੇ ਤੁਸੀਂ ਕੀ ਸਿੱਧ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉਹਨਾਂ ਲੋਕਾਂ ਦਾ ਸਾਥ ਦੇਣਾ ਜਿਹੜੇ ਹੰਦੇਲਾ 'ਚ ਬੈਠੇ ਆ ਤੇ ਜੇ ਉਹ ਪੂਰਾ ਕੇ ਫੇਕ ਸੀ ਤਾਂ ਹਾਈ ਕੋਰਟ ਤੱਕ ਕਿਸੇ ਨੂੰ ਪਤਾ ਨਹੀਂ ਲੱਗਿਆ ਕਿ ਐਫ ਆਈ ਆਰ ਫੇਕ ਹੈ ਤੁਸੀਂ ਅਜ ਤੱਕ ਰੌਲਾ ਪਾਇਦਾ ਨਹੀਂ ਉਹ ਫੇਕ ਆ ਐਫ ਆਈ ਆਰ ਫੇਕ ਐ ਐਫ ਆਈ ਆਰ ਮੈਨੂੰ ਲੱਗਦਾ ਇਹਨੀਆਂ ਗੱਲਾਂ ਕਰਕੇ ਹੋਰ ਇੱਕ ਕੇਸ ਕਰ ਦੇਣਾ ਪੁਲਿਸ ਨੇ ਇਹਨਾਂ ਤੇ ਵੀ ਇਹ ਤਾਂ ਕਾਨੂੰਨ ਨੂੰ ਵੀ ਫੇਕ ਕਹੀ ਜਾਂਦੇ। ਪੂਰੀ ਵਿਜੀਲੈਂਸ ਬਿਊਰੋ ਦਾ ਮੋਰਲ ਡਾਊਨ ਕਰਨ ਦੀ ਕੋਸ਼ਿਸ਼ ਕਰ ਰਹੇ ਹੋ। ਕੱਲ ਪਰसों ਚੰਡੀਗੜ੍ਹ ਪੁਲਿਸ ਦੀ ਇੱਕ ਡੀਐਸਪੀ ਨਾਲ ਤੁਹਾਡੀ ਭਾਰਤਾਲਾਪ ਮੈਂ ਸੁਣੀ ਕਿਸੇ ਨੇ ਵੀਡੀਓ ਪਾਈ ਹੋਈ ਹੈ ਸੋਸ਼ਲ ਮੀਡੀਆ ਤੇ। ਉਸ ਲੇਡੀ ਨਾਲ ਜਿਸ ਤਰ੍ਹਾਂ ਤੁਸੀਂ ਬਿਹੇਵ ਕਰ ਰਹੇ ਹੋ ਜਿਵੇਂ ਤੁਹਾਡੇ ਘਰ ਦੀ ਨੌਕਰ ਹੁੰਦੀ ਹੈ। ਇਹ ਕੁ ਪੱਤਰਕਾਰਾਂ ਦਾ ਤਰੀਕਾ ਸਾਰਿਆਂ ਨਾਲ ਦੁਸ਼ਮਣੀਆਂ ਪਾਈ ਜਾਣੀਆਂ ਸਾਰਿਆਂ ਨਾਲ ਪੰਗੇ ਲਈ ਜਾਣੇ ਇਹ ਆਪਣੀ ਛਾਪ ਆਪ ਖਰਾਬ ਕਰਨ ਦੀ ਗੱਲ ਹੈ ਲੈ ਆਪਣੀ ਰਿਪੋਰਟਿੰਗ ਕਰੋ ਰਾਮ ਨਾ ਕਰੇ ਬੈਠੋ ਸ਼ਾਮ ਨੂੰ ਦੋਪਿਆਕ ਪੀਓ ਫੇਮ ਕਹੋ ਭੱਗ ਪੀਓ ਜੋ ਮਰਜ਼ੀ ਕਰੋ ਕੌਣ ਦੇਖਦਾ ਮੇਰਾਣਾ ਪਾਈ ਸ਼ਾਣਾ ਮੈਂ 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 ਇਹ ਕੁ ਤਰੀਕਾ ਪਾਈ ਸਾਹਿਬ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਇੱਕ ਵਾਰੀ ਕਿ ਜਦੋਂ ਤੁਸੀਂ ਵੱਡੇ ادارے 'ਚ ਕੰਮ ਕਰਦੇ ਹੋ ਤੇ ਤੁਹਾਡਾ ਨਾਂ ਨਹੀਂ ادارے ਦਾ ਨਾਂ ਚੱਲਦਾ ਹੁੰਦਾ ਉਦੋਂ ਇੰਡੀਅਨ ਐਕਸਪ੍ਰੈਸ ਤੇ ਲੋਕ ਟਰਦੇ ਸੀ ਉਦੋਂ ਹਿੰਦੁਸਤਾਨ ਟਾਈਮਸ ਤੇ ਲੋਕ ਟਰਦੇ ਸੀ ਟਾਈਮਸ ਆਫ ਇੰਡੀਆ ਤੋਂ ਲੋਕ ਟਰਦੇ ਆ ਤੁਹਾਡੇ ਕੋਲੋਂ ਕੋਈ ਨਹੀਂ ਡਰਦਾ ਮੈਨੂੰ ਇਸ ਗੱਲ ਤੇ ਕੋਈ ਗਲਤਫਹਿਮੀ ਨਹੀਂ ਆ ਮੈਂ ਵੀ ਵੱਡੇ ادارے 'ਚ ਕੰਮ ਕੀਤੇ ਆ ਪਰ ਕਦੇ ਇਹੋ ਜੀ ਰੋਡ ਤੇ ਜਾ ਕੇ ਖੜੇ ਹੋ ਕੇ ਲੋਕਾਂ ਨਾਲ ਮੁਜਾਰੇ ਕਰਨੇ ਨਾਰੇ ਲਾਉਣੇ ਔਰ ਧਾਕੇ ਦਸਣਾ ਕਿ ਮੇਰੇ ਨਾਲ ਗੱਲ ਨਹੀਂ ਕਰਦੇ ਮੈਨੂੰ ਬਲੌਕ ਕਰਦਾ ਹਰ ਬੰਦੇ ਦੀ ਆਪਣੀ ਮਰਜ਼ੀ ਹੈ ਤੁਹਾਡੇ ਨਾਲ ਗੱਲ ਕਰੇ ਨਾ ਕਰੇ ਤੁਸੀਂ ਰੱਬ ਤੋਂ ਨਹੀਂ ਹੋ ਯੂ ਯੂ ਆਰ ਨੋਟ ਦਾ ਗੋਡ ਦੋਸਤੋ ਇਹ ਇਹੋ ਜਿਹੇ ਲੋਕ ਇਸੇ ਕਰਕੇ ਤਕਲੀਫ ਚਾਹਦੇ ਕੋਈ ਇਹਨਾਂ ਨੂੰ ਤੰਗ ਨਹੀਂ ਕਰਦਾ ਇਹ ਕੁੱਲ ਕਹਿੰਦੇ ਆ ਬੈਲ ਮuje ਮਾਰ ਆਪ ਹੀ ਆਪਣੀਆਂ ਪੈਰਾਂ ਤੇ ਕੁਲਾੜੀ ਮਾਰਦੇ ਮੈਂ ਇਹ ਵੀਡੀਓ ਅੱਜ ਦੀ ਇਸ ਕਰਕੇ ਬਣਾਈ ਕਿ ਪੱਤਰਕਾਰਾਂ ਨੂੰ ਆਪਣੀਆਂ ਹੱਦ ਦੇ ਚ ਰਹਿਣਾ ਚਾਹੀਦਾ ਲక్ష్మణ ਰೇಖਾ ਦੀ ਗੱਲ ਮੈਂ ਜਿਹੜੀ ਗੱਲ ਹਮੇਸ਼ਾ ਕਰਦਾ ਉਹ ਇੱਥੇ ਫੇਰ ਟੁੱਕਦੀ ਹੈ ਲਿਮਟ ਕ੍ਰਾਸ ਕਰੋਗੇ ਤਾਂ ਤਕਲੀਫ ਚਾਹੋਗੇ ਕਾਨੂੰਨ ਸਾਰੇ ਲਈ ਇੱਕੋ ਜਿਹਾ ਹੁੰਦਾ ਹੁਣ ਪਹਿਲੀ ਗੱਲ ਜਿਹੜਾ ਕੇਸ ਅਦਾਲਤ ਵਿੱਚ ਚਲਦਾ ਉਹਦੇ ਖਿਲਾਫ ਤੁਸੀਂ ਬੋਲੋਗੇ ਉਹ ਕੰਟੈਂਪਟ ਆਫ ਕੋਰਟ ਵੀ ਹੁੰਦੀ ਮੈਨੂੰ ਕਹੇ ਹਰਾਨੀ ਹੁੰਦੀ ਹੈ ਕਿ ਜੇ ਇਹ ਗੱਲ ਕਿਤੇ ਹੋਰ ਕਿਤੇ ਛੋਟੇ ਲੈਵਲ ਦੇ ਪੱਤਰਕਾਰ ਨੇ ਕੀਤੀ ਹੁੰਦੀ ਤੇ ਹੁਣ ਤੱਕ 15-20 ਕੇਸ ਬਣੇ ਹੋਣੇ ਤੇ ਤੁਹਾਨੂੰ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਵਿਜੀਲੈਂਸ ਬੀਰੋ ਦਾ ਮਹਾਲੀ ਪੁਲਿਸ ਦਾ ਕਿ ਤੁਹਾਡੇ ਤੇ ਕੋਈ ਕ੍ਰੈਕਸ਼ਨ ਨੀ ਲਿਆਉਣਾ ਨਹੀਂ ਇਹ ਕੋਰੋੜੇ ਲੈ ਤਾਂ ਤੇ ਹੁਣ ਭਾਵੇਂ ਫਿਰ ਦਿਉ ਫਾਇਦਾ ਕੀ ਉਹਨਾਂ ਟ੍ਰਿਕ ਪੇਟਰੀ ਬੇਲ ਲੀ ਅਪਲਾਈ ਕਰੋਗੇ ਉਹ ਤੇ ਖਰਚਾ ਕਰੋਗੇ ਹੋਊਗੀ ਨਹੀਂ ਹੋਊਗੀ ਕਿੱਥੇ ਕਿੱਥੇ ਤੱਕ ਬਕਤ ਮੇ ਲੜੋਗੇ ਕਾਹਦੇ ਲਈ ਕੀ ਖਟਿਆ ਕੀ ਕਮਾਇਆ ਉਹ ਚਾਰ ਬੰਦਿਆਂ ਨਾਲ ਖੜੇ ਹੋ ਕੇ ਦਿਨਾ ਤੇ ਐਕਸਟਰੈਸ਼ਨ ਦੇ ਕੇਜਾ ਦਰਜਤ ਹੋਗੇ ਰਿਮਾਂਡ ਮਿਲ ਗਏ ਅਜੇ ਵੀ ਤੁਸੀਂ ਉਹਨਾਂ ਨਾਲ ਖੜੇ ਹੋ ਦੋਨੋਂ ਮਤਲਬ ਕਿਥੇ ਕਾਨੂੰਨ ਤੇ ਪ੍ਰੋਸਾਨੀਆਂ ਮਰ ਲਿਆ ਵਿਜੀਲੈਂਸ ਬਿਊਰੋ ਤੇ ਪ੍ਰੋਸਾਨੀ ਮੰਨ ਲਿਆ ਮਹਾਰਾਜ ਪੁਲਿਸ ਤੇ ਪ੍ਰੋਸਾਨੀ ਪਰ ਜਿਹੜੀਆਂ ਅਦਾਲਤਾਂ ਨੇ ਉਹਨਾਂ ਦੇ ਰਿਮਾਂਡ ਦਿੱਤੇ ਆ ਜੇਲ ਕਸਟੜੀ ਦਿੱਤੀਆਂ ਆਪਾ ਯਾਰ ਡਿਸਟਰਬ ਹੋ ਗੀਆਂ ਤੁਹਾਨੂੰ ਉਹਨਾਂ ਅਦਾਲਤਾਂ ਤੇ ਵੀ ਪ੍ਰੋਸਾਨੀ ਕਾਵੇ ਪੱਤਰਕਾਰ ਹੁੰਦੀ ਕਾਨੂੰਨ ਦੀ ਜਦਤ ਕਰਨੀ ਤਾਂ ਸਿੱਖੋ ਘਟੋ ਘਟ ਮੇਰੇ ਭਾਈ ਕੋਜੀ ਪੱਤਰਕਾਰ ਸਾਹਿਬ ਮੈਨੂੰ ਤਕਲੀਫ ਹੁੰਦੀ ਹੈ ਜਦੋਂ ਮੇਰੇ ਟਰਾਈਬ ਦੇ ਲੋਕ ਮੇਰੇ ਪ੍ਰੋਫੈਸ਼ਨ ਦੇ ਲੋਕ ਪੂਰੇ ਪ੍ਰੋਫੈਸ਼ਨ ਨੂੰ ਬਦਨਾਮ ਕਰਦੇ ਸਾਰੇ ਲੋਕ ਇਸ ਤਰ੍ਹਾਂ ਸੋਚਦੇ ਲੱਗ ਜਾਂਦਾ ਹੈ ਕਿ ਸਾਰੇ ਪੱਤਰਕਾਰ ਇਹੋ ਜਿਹੇ ਹੁੰਦੇ ਮੈਂ ਆ ਕਿਤਾ ਕਿਤੇ ਬੰਦੇ ਦੀ ਰਿਕਾਰਡਿੰਗ ਨਹੀਂ ਕਰਦਾ ਉਹਨੂੰ ਬਿਨਾਂ ਪੁੱਛਿਆ ਮੈਂ ਆਪਣੇ ਖਾਸ ਦੋਸਤਾਂ ਨੂੰ ਨੇਰੇ ਮੇਰੇ ਮੌਤ ਕਰੀਬੀ ਨੇ ਉਹਨਾਂ ਨੂੰ ਕਿਤੇ ਕੋਰਟ ਕਾਰਨਾ ਹੁੰਦਾ ਪਹਿਲਾਂ ਪੁੱਛਦਾ ਕਿ ਭਰਾ ਮੇਰੇ ਜੇ ਤੇਰੀ ਇਜਾਜ਼ਤ ਹੋਵੇ ਤਾਂ ਮੈਂ ਰਿਕਾਰਡ ਕਰਨਾ ਤਾਂ ਕਿ ਮੈਂ ਆਪਣੇ ਸੁਣਨ ਵਾਲੇ ਨੂੰ ਸੁਣਾ ਦਾਂ ਤੁਸੀਂ ਤਾਂ ਰਿਕਾਰਡਰ ਨੂੰ ਸ਼ਾਂਤਲੇ ਅੱਤਲਾ ਤੇ ਮਾdru ਆ ਕੇ ਆ ਰਹੇ ਹੋਏ ਆਏ ਜੀ ਸਿੱਧੂ ਉਹ ਤੁਹਾਡੀ ਰਿਕਾਰਡਿੰਗ ਕਰੀ ਜਾਂਦਾ ਆਪਣੇ ਮੋਬਾਈਲ ਆਰ ਤੁਸੀਂ ਮੈਨੇਜਰ ਨੇ ਕਿ ਮੈਂ ਰਿਕਾਰਡਿੰਗ ਕਰਾਈ ਹੈ ਮੇਰੇ ਘਰ ਹੋਈ ਆ ਦੇਖਦੇ ਹੁਣ ਕੋਰਟ ਕਚਹਿਰੀਆਂ 'ਚ ਕੀ ਹੁੰਦਾ ਕਦੋਂ ਕੋ ਜੀ ਪੱਤਰਕਾਰ ਸਾਹਿਬ ਕਾਨੂੰਨ ਦੀ ਮਦਦ ਕਰਨ ਲਈ ਆਟਫੇ ਦੇ ਥਾਣੇ ਤੇ ਜਾਣਗੇ ਮੈਦੀ ਕੇ ਚਿੰਤ ਸ਼ਾਮਲ ਹੋਣ ਲਈ ਨਾ ਪਾਤੇ ਦੇ ਕਰਨੇ ਇਹ ਦੇਖਣ ਵਾਲੀ ਗੱਲ ਹੈ ਮੇਰੇ ਹਿਸਾਬ ਨਾਲ ਉਹਨਾਂ ਨੂੰ ਕਾਨੂੰਨ ਦਾ ਸਾਥ ਦੇਣਾ ਚਾਹੀਦਾ ਜੇ ਉਹ ਬੇਕਸੂਰ ਨੇ ਉਹਨਾਂ ਨੇ ਕੋਈ ਗਲਤੀ ਨਹੀਂ ਕੀਤੀ ਥਾਣੇ ਤੇ ਜਾ ਕੇ ਆਪਣਾ ਪੱਖ ਰੱਖਣ ਆਪਣਾ ਬਿਆਨ ਦੇਣ ਲੜਨ ਉਹਦੇ ਲਈ ਇਹਦੇ ਉਹ ਸਹੀ ਨਿਕਲੇ ਤੇ ਮੈਂ ਪਹਿਲਾ ਸ਼ਖਸ ਹੋਊਂਗਾ ਜਿਹੜਾ ਉਹਨਾਂ ਦੇ ਨਾਲ ਖੜਾ ਹੋਊਂਗਾ। ਸਭ ਤੋਂ ਪਹਿਲਾਂ ਤੁਹਾਡਾ ਤਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਧੰਨਵਾਦ। ਗੱਲ ਕਿਤੇ ਇੰਡੀਵਿਜੂਅਲ ਦੀ ਨਹੀਂ ਹੈ, ਗੱਲ ਇਸ਼ੂਜ਼ ਦੀ ਹੈ। ਗੱਲ ਪ੍ਰੋਫੈਸ਼ਨ ਦੀ ਹੈ, ਮੈਂ ਇਸ ਕਰਕੇ ਵੀਡੀਓ ਅੱਜ ਬਣਾਇਆ। ਮੈਂ ਕਿਹੜਾ ਨਾ ਦੇਣਾ ਕਿਤੇ ਪੱਤਰਕਾਰ ਤੋਂ। ਮੇਰੀ ਕੋ ਪਰਸਨਲ ਲੈਵਲ ਤੇ ਕੋ ਦੁਸ਼ਮਣ ਹੀ ਨਹੀਂ ਹੈ। ਹਾਲਾਂਕਿ ਮੇਰੇ ਕਲਾਕ ਬੜੀਆਂ ਇਸ ਕਹਤਾਟ-ਕੂਟਾ ਕੀਤੀਆਂ ਹੋਈਆਂ ਬੜਾ ਨੋਰਬਾਦਲ ਮੈਨੂੰ ਕਿਤੇ ਨੇ ਪੁੱਛਿਆ ਹੀ ਨਹੀਂ ਵਿਚਾਰੇ। ਮੇਰੇ ਘਰ ਆਏ ਆ ਪੁੱਛ ਕੇ ਗਏ ਜੀ ਕੀ ਹੋਇਆ ਕੀ ਮੈਂ ਕਾ ਹੋਇਆ ਕਿਉਂ ਚਲੇ ਗਏ ਕਾ ਤੂੰ ਉਹੀ ਗੱਲ ਹੋਣ ਭਜੇ ਪਰੋ ਕੀ ਪੈਦਾ ਝੋਣ ਵਾਲੇ DNA ਚੇਚੇ ਤਰਾ ਪਤੇ ਆਪਣਾ ਦੁਨੀਆ ਗੱਲਾਂ ਬਾਤਾਂ ਲੈ ਕੇ ਫਿਰ ਆਦਰ ਆਵਾਂ ਕਿ ਉਦੋਂ ਤੱਕ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ